ਅੱਜ ਦਾ ਯੁੱਗ ਪਤਾ ਕੀ ਕਹਿੰਦਾ, ਸਹੀ ਨੂੰ ਸਹੀ ਕਹੋ ਅਤੇ ਗਲਤ ਨੂੰ ਵੀ ਸਹੀ ਕਹੋ, ਕਿਉਂਕਿ ਜੇ ਤੁਸੀਂ ਗਲਤ ਨੂੰ ਗਲਤ ਕਹਿੰਦੇ ਹੋ ਤਾਂ ਉਹ ਅਗਲਾ ਬੰਦਾ ਉਹ ਹਰ ਇੱਕ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸਾਰੀ ਦੁਨੀਆ ਸਾਹਮਣੇ ਗਲਤ ਸਾਬਤ ਕਰ ਸਕੇ। ਸੋ ਵੈਲਕਮ ਟੂ ਚੈਨਲ ਗਾਈਸ, ਆਈ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ। ਅੱਜ ਦਾ ਪਲਾਨ ਕੀ ਆ ਦੱਸਦੇ ਹਾਂ, ਕਾਹਲੀ ਕਾਹਦੀ ਆ। 10-15 ਮਿੰਟ ਦਾ ਵਲੌਗ ਹੋਊਗਾ, ਸਵਾਦ ਨਾਲ ਦੇਖਿਓ। ਅੱਜ ਕੱਲ੍ਹ ਅਸੀਂ ਇੱਕ ਬਹੁਤ ਵੱਡੇ ਸ਼ਿਸ਼ੋ ਪੰਜ ਚਾਂ ਕਿ ਆਪਾਂ ਪਿੰਡ ਘਰੇ ਪੱਥਰ ਲਾਈਏ ਜਾਂ ਟੈਲਾਂ ਲਾਈਏ। ਟੈਲਾਂ ਅੱਜ ਕੱਲ੍ਹ ਪੂਰੀਆਂ ਟ੍ਰੈਂਡਿੰਗ ਚੱਲ ਰਹੀਆਂ ਨੇ ਅਤੇ ਪੱਥਰ ਕਹਿੰਦੇ ਸਦਾ ਬਾਹਰ ਹੁੰਦਾ। ਵੈਸੇ ਵੀ ਪੁਰਾਣਿਆਂ ਦੀ ਇੱਕ ਕਹਾਵਤ ਆ ਕਿ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ। ਹੁਣ ਇਹ ਚ ਕਨਫਿਊਜ਼ ਹੋ ਗਏ ਕਿ 9 ਦਿਨ ਰਾਜ ਕਰੀਏ ਜਾਂ ਫਿਰ 100 ਦਿਨ। ਟੀ-ਸ਼ਰਟ ਗੋਆ ਤੋਂ ਲੈ ਕੇ ਆਏ ਹੋ? ਪਿਛਲੇ 2-3 ਦਿਨ ਤੋਂ ਮੌਸਮ ਹਰ ਰੋਜ਼ ਡਰਾਉਂਦਾ ਵਾ। ਨਾ ਬਾਈ ਜੀ, ਹੁਣ ਟਾਈਮ ਨਹੀਂ ਹੈਗਾ ਤੁਹਾਡਾ। ਅੱਜ ਅਸੀਂ ਪਿੰਡ ਨੂੰ ਸਾਰੇ ਜਾਣੇ ਚੱਲੇ ਹਾਂ ਵਿਸਾਖੀ ਦਾ ਮੱਥਾ ਟੇਕ ਕੇ ਆਉਣਾ। ਵਿਸਾਖੀ ਵਾਲੇ ਦਿਨ ਹੀ ਆਪਣੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਅਤੇ ਵਿਸਾਖੀ ਵਾਲੇ ਦਿਨ ਤੋਂ ਹੀ ਆਪਣੇ ਸ਼ੁਰੂ ਤੋਂ ਵਾਢੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਸਾਰਿਆਂ ਨੇ ਆਪੋ ਆਪਣੀਆਂ ਕਣਕਾਂ ਸਾਂਭਣ ਲੱਗ ਜਾਣਾ। ਕਿਉਂ ਮਾਤਾ, ਆਪਾਂ ਹੀ ਵੱਢ ਲਈਏ? ਪੈਸਿਆਂ ਦੀ ਬਹੁਤ ਲੋੜ ਆ ਯਾਰ, ਪੱਥਰ ਲਵਾਉਣਾ। ਕਿਉਂ ਸ਼ੇਰੇ, ਅੱਜ ਸ਼ੇਰੇ ਨੇ ਪਾਇਆ ਚਿੱਟਾ ਕੁੜਤਾ ਪਜਾਮਾ, ਨਾਲੇ ਇਹਦੇ ਦਾਦੇ ਨੇ ਨੀਂਦ ਆ। ਸੁਣ ਪੁੱਤ ਸੌਂ ਜਾ। ਅੱਜ ਆਂਟੀ ਨੇ ਘਰੇ ਕੜੀ ਚੌਲ ਬਣਾਏ ਹੋਏ ਸੀ, ਮੈਂ ਕਿਹਾ ਬਾਕੀ ਕੰਮ ਬਾਅਦ ਚ ਕਰਦੇ ਆ, ਪਹਿਲਾਂ ਕੜੀ ਚੌਲ ਹੀ ਖਾਂਦੇ ਆ। ਇੱਧਰ ਤਾਂ ਰਣਸ਼ੇਰ ਨੇ ਕਿਚਨ 'ਚ ਵੜ ਕੇ ਪੂਰਾ ਗਾਹ ਪਾਤਾ, ਹੁਣ ਇਹਦੇ ਕੱਪੜੇ ਵੀ ਬਦਲਤੇ ਕਿਉਂਕਿ ਕੁੜਤਾ ਪਜਾਮਾ ਬਿਲਕੁਲ ਇਹਨੇ ਗੰਦਾ ਕਰ ਲਿਆ। ਹੁਣ ਸਿੰਮ ਹੋਣੀਆਂ ਸਕੂਲ ਤੋਂ ਆ ਗਈਆਂ ਹੋਣੀਆਂ ਨੇ, ਮੈਂ ਕਿਹਾ ਚੱਲ ਉਹਨਾਂ ਨਾਲ ਖੇਡ ਲੂੰ ਥੋੜ੍ਹਾ ਟਾਈਮ। ਕਿੱਥੇ ਜਾਣਾ? ਇੱਧਰ ਜਾਣਾ? ਕਿਹਦੇ ਕੋਲੇ ਜਾਣਾ? ਮੰਮਾ। ਮੰਮਾ ਨੀ, ਨਿੰਨ। ਹਾਂ, ਨਿੰਨ ਕੋਲੇ ਜਾਣਾ ਇਹਨੇ। ਹਾਂ, ਇੱਧਰ ਘਰੇ ਆਏ ਤੇ ਕਿਰਨ ਹੋਣੀ ਆਪਦਾ ਕੰਮ ਕਰਨ ਲੱਗੀ ਸੀ। ਮਹਿਲਾ ਤੁਹਾਨੂੰ ਤੁਸੀਂ ਛੱਡ ਤਾ ਕੰਮ ਕਰਨਾ ਹੈ? ਉੱਧਰ ਨੂੰ ਹੋ ਗਈ ਆ, ਉੱਥੇ ਜੇਨੇ ਨੂੰ ਖਡੌਣਾ ਪਲੀਜ਼, ਸਮਾਨ ਇਕੱਠਾ ਕਰ ਦੋ, ਤੁਹਾਡਾ ਪਾੜ ਦੇਣਾ। ਨੋ ਪੋਤੋ, ਦੀਦੀਆਂ ਦਾ ਕੰਮ ਆ ਸਕੂਲ ਦਾ। ਲੈ ਲੈ ਲੈ, ਉਹਦੇ ਜਿੱਡੀ ਤਾਂ ਤੂੰ ਆਪ ਆ। ਚੱਲ ਜੀ, ਉਹ ਡਰਪੋਕਲਾ ਕੀ ਹੋਇਆ? ਹਾਂ, ਆ ਤੋਤਾ ਲੈ ਲਾ, ਆਹ ਲੈ ਲਾ, ਖੇਡ ਲੈ ਇਹਦੇ ਨਾਲ। ਆ ਚੱਕ, ਇੰਨੀਆਂ ਖੇਡਾਂ ਥੱਲੇ ਸਿੱਟੀ ਬੈਠਾ ਵਾ। ਸਾਡੇ ਪਿੰਡ ਦਾ ਚੱਲਦਾ ਫਿਰਦਾ ਡੀਮਾਰਟ, ਇਹ ਡਾਇਲੋਗ ਮੇਰਾ ਨਹੀਂ ਸੀ, ਇਹ ਭੈਣ ਦਾ ਸੀਗਾ। ਕੁਛ ਲੈਣਾ ਭੈਣ ਉਹਨਾਂ ਨੇ ਸੌਦਾ, ਚਲੋ ਵੀ ਲਓ। ਜਿਹੜਾ ਅਸਲ ਸੌਦਾ ਲੈਣ ਆਏ ਸੀ, ਬੜੀਆਂ ਬਣਾਉਣੀਆਂ ਸੀ। ਕਿਹੜਾ ਆਟਾ ਲੈਣਾ ਸੀ ਭੈਣੇ? ਬਾਹਾਂ ਦਾ, ਮਾਹਾਂ ਦਾ ਆਟਾ ਲੈਣਾ ਸੀ, ਉਹ ਤਾਂ ਮਿਲਿਆ ਨਹੀਂ। ਚੱਲ ਪਕੌੜੀਆਂ ਦਾ ਇੱਕ ਪੈਕਟ ਜ਼ਰੂਰ ਖਰੀਦ ਲਿਆਂਦਾ, ਅਸੀਂ ਕਿਹਾ ਤਾਂ ਖਾਵਾਂਗੇ ਪੂਰੇ 80 ਰੁਪਏ ਦਾ। ਸਹੀ ਗੱਲ ਆ, ਪੂਰੇ 80 ਰੁਪਏ ਦੀ ਸ਼ੋਪਿੰਗ ਕੀਤੀ ਅਸੀਂ ਤੁਰਦੇ ਫਿਰਦੇ ਡੀਮਾਰਟ ਤੋਂ। ਸਮਾਨ ਸਾਰਾ ਸੀ ਭਾਈ ਕੋਲੇ, ਆਪਣੇ ਆ ਜਿਹੜਾ ਮਸ਼ੀਨ ਥੱਲੇ ਸਟੈਂਡ ਲਾਉਣ ਵਾਲਾ ਹੋਵੇ, ਸਿਲੰਡਰ ਵਾਲਾ ਸਟੈਂਡ ਹੋਵੇ, ਸਭ ਕੁਛ ਸੀਗਾ। ਉਹ ਛੋਟੀ ਜਿਹੀ ਗੱਡੀ ਵਿੱਚ ਸਮਾਨ ਪੂਰਾ ਭਰ ਭਰ ਕੇ ਰੱਖਿਆ ਸੀ, ਪੂਰਾ ਜ਼ਰੂਰਤ ਵਾਲਾ। ਫਿਰ ਸ਼ੇਰ ਇੱਧਰ ਆਪਦੀਆਂ ਭੈਣਾਂ ਨਾਲ ਖੇਡਦਾ ਫਿਰਦਾ, ਪਤਾ ਨਹੀਂ ਚਾਹ ਪੀਣੀ ਆ। ਖਿਲਾ ਦੋ ਇਹਨੂੰ ਚੰਗੀਆਂ ਚੰਗੀਆਂ ਚੀਜ਼ਾਂ ਖਾਣੀਆਂ ਨੂੰ ਸਿਖਾ ਦੋ। ਇੱਧਰ ਖਾ ਲਾ, ਲੈ
ਅਸੀਂ ਪੱਥਰ ਤੇ ਟੈਲਾਂ ਚੁਲ ਜੀ ਗਏ ਵੀ ਕਿਹੜੀ ਚੀਜ਼ ਪਹਿਲਾਂ ਲਵਾਉਣੀ ਆ। ਹੁਣ ਪਤਾ ਲੱਗਿਆ, ਹੁਣ ਦਿਮਾਗ 'ਚ ਆਇਆ ਕਿ ਸਭ ਤੋਂ ਪਹਿਲਾਂ ਤਾਂ ਹੁਣ ਡਾਊਨ ਸੀਲਿੰਗ ਹੋਣੀ ਆ, ਉਸ ਤੋਂ ਬਾਅਦ 'ਚ ਟੈਲਾਂ ਜਾਂ ਪੱਥਰ ਲਾਵਾਂਗੇ। ਹੁਣ ਡਾਊਨ ਸੀਲਿੰਗ ਵਾਲਾ ਬੰਦਾ ਲੱਭਣ ਲੱਗਿਆ ਹਾਂ ਅੱਜ। ਕੀ ਹੈ, ਕੀ ਹੈ, ਕੀ ਆ? ਕਿਆ? ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਚੱਲ ਚਾਚੇ ਨੂੰ ਬਾਏ ਕਰਦੇ। ਕੀ ਨੈਨ ਨੂੰ ਦੇਖ ਕੇ ਹੁਣ ਕਹਿੰਦਾ ਮੈਂ ਉਹਦੇ ਨਾਲ ਹੀ ਰਹਿਣਾ। ਚੱਲ ਫਿਰ ਬਾਏ, ਮਾਰਦਾ ਕਿ ਬਾਏ ਕਰਦਾ? ਇਹ ਤਾਂ ਔਖਾ ਹੀ ਆ। ਤੁਹਾਨੂੰ ਅਸੀਂ ਕਹਿੰਦੇ ਹੁੰਦੇ ਸੀ ਨਾ, ਜਿਵੇਂ ਜਿਵੇਂ ਵੱਡਾ ਹੋਈ ਗਿਆ ਇਵੇਂ ਪੰਧੇਰਖੜੀ ਨੂੰ ਜਾਇਆ ਨੀ ਕਰਨਾ। ਚੱਲ ਠੀਕ ਆ ਬਾਏ। ਹੁਣ ਕਹਿੰਦਾ ਚੱਲ ਅੰਦਰ। ਹਾਂ ਹੁਣ ਕਿਉਂ? ਆ ਜਾ ਪੁੱਤ, ਆ ਜਾ। ਮੰਮੀ ਨੂੰ ਬਹਿ। ਨਾ ਪੁੱਤ, ਆਪਾਂ ਰੋਜ਼ ਧੋਨੇ ਆ ਪਿੰਡ ਯਾਰ। ਹਾਂ ਬਹੂ, ਹਾਂ ਬਹੂ ਆ ਗਿਆ। ਆ ਜੇ ਘਾ ਦੇ ਬੈਠਾ ਕੱਲ ਵੀ ਰਣਸ਼ੇਰ ਨੇ ਪੰਧੇਰਖੜੀ ਤੋਂ ਆ ਕੇ ਜਮਾ ਜੀ ਲਾਇਆ, ਸਾਰੀ ਦਿਹਾੜੀ ਰੀ 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 ਕਰਦਾ ਰਿਹਾ। ਅੱਜ ਉਹਨੂੰ ਬਾਹਰ ਘੁਮਾ ਕੇ ਲਿਆਉਂਦੇ ਆ ਰਣਸ਼ੇਰ ਨੂੰ, ਨੀ ਰਣਸ਼ੇਰ ਦੀ ਮਾਂ ਨੂੰ, ਇਹ ਵੱਧ ਤੰਗਾ। ਕੱਲ ਚਾਚਾ ਚ ਇਹ ਤਾਂ ਭੁੱਲ ਹੀ ਗਏ ਸੀ ਵੀ ਆਪਾਂ ਤਾਂ ਮਾਈਕ ਵੀ ਲੈ ਆਉਂਦੇ, ਕੱਲ ਲਾਉਣੇ ਹੀ ਭੁੱਲ ਗਏ। ਅੱਜ ਲੁਧਿਆਣੇ ਜਾਣ ਤੋਂ ਪਹਿਲਾਂ ਗੱਡੀ ਚ ਤੇਲ ਵੀ ਪਾਉਣਾ ਪੈਣਾ। ਰਣਸ਼ੇਰ ਬਾਹਰ ਖੜਾ ਚੀਖਾਂ ਮਾਰਨ ਲੱਗਿਆ ਹੋਇਆ, ਛੇਤੀ ਮੈਨੂੰ ਗੱਡੀ ਚ ਬਿਠਾਓ, ਛੇਤੀ ਮੈਨੂੰ ਗੱਡੀ ਚ ਬਿਠਾਓ। ਯਾਰ ਮੈਂ ਨੀ ਲੈ ਕੇ ਜਾਣਾ, ਯਾਰ ਯਾਰ ਮੈਂ ਨੀ ਲੈ ਕੇ ਜਾਣਾ, ਯਾਰ ਗੱਲ ਆ ਕੋਈ ਤੇਰੀ, ਮੈਂ ਨੀ ਲੈ ਕੇ ਜਾਣਾ ਯਾਰ ਮੈਂ। ਚੱਲ ਆ ਜਾ, ਆ ਜਾ, ਆ ਜਾ ਪੁੱਤ, ਆ ਜਾ, ਆ ਜਾ। ਤੈਨੂੰ ਛੱਡ ਕੇ ਥੋੜਾ ਜਾਊਂਗਾ ਯਾਰ ਮੈਂ, ਦੱਸ ਤੈਨੂੰ ਛੱਡ ਕੇ ਜਾਊ? ਪਹਿਲਾਂ ਪਾਰੀ ਕਰ ਦੇ, ਹੁਣ ਤਾਂ ਬਥੇਰੀਆਂ ਕਰ ਦੂ, ਹੁਣ ਤਾਂ ਅਸੀਂ ਬਥੇਰੀਆਂ ਪਾਰੀਆਂ ਕਰ ਦਾਂਗੇ। ਮੈਂ ਬੈਗ ਲੈ ਆਵਾਂ। ਬਾਏ, ਮੰਮਾ ਨੇ ਨਾਲ ਜਾਣਾ, ਮੈਂ ਨਾਲ ਹੀ ਜਾਣਾ। ਬਾਏ ਬਾਏ। ਜਦੋਂ ਆਪਾਂ ਮਾਈਕ ਲਾਉਂਦੇ ਹਾਂ ਮੈਨੂੰ ਲੱਗਦਾ ਸ਼ਾਇਦ ਇੱਕ ਪ੍ਰੋਬਲਮ ਹੈਗੀ ਆ। ਮੈਨੂੰ ਸ਼ੁਰੂ ਤੋਂ ਵੀਡੀਓ 'ਚ ਉੱਚੀ ਬੋਲਣ ਦੀ ਆਦਤ ਆ, ਜਦੋਂ ਮੈਂ ਮਾਈਕ ਲੱਗੇ ਤੇ ਬੜਾ ਉੱਚੀ ਬੋਲਦਾ, ਥੋੜ੍ਹਾ ਜਿਹਾ ਮੈਨੂੰ ਲੱਗਦਾ ਆਵਾਜ਼ ਵੱਧ ਹੀ ਉੱਚੀ ਹੋ ਜਾਂਦੀ ਹੈ ਨਾ। ਮੈਂ ਵੀ ਕਿਹਾ ਬੱਤੀ ਤਾਂ ਆਈ ਹੋਈ ਸੀ, ਬੱਤੀ ਗਾਇਬ ਕਿਵੇਂ ਹੋ ਗਈ? ਉਹ ਬਸ ਇੰਨੇ ਕੁ ਟਾਈਮ ਲਈ ਬੱਤੀ ਗਾਇਬ ਹੋਈ ਸੀ। ਸਹੀ ਗੱਲ ਆ, ਹੁਣ ਸਭ ਤੋਂ ਪਹਿਲਾਂ ਜਾਵਾਂਗੇ ਆਪਾਂ ਪੈਟਰੋਲ ਪੰਪ ਤੇ। ਹਾਂਜੀ, ਕਲੋਨੀ ਹੁਣ ਕਿਤੇ ਹੋਰ ਲੈ ਲਈ ਪੂਰੀ ਨਖਾਰ ਪੀ ਹੈ ਨਾ ਪੂਰੀ, ਹੁਣ ਚੱਲੂ ਮੈਨੂੰ ਲੱਗਦਾ।
ਪਿੰਦਰ ਇਹ ਮਾਈਕ ਦਾ ਇੱਕ ਨੁਕਸਾਨ ਵੀ ਆ ਕੀ ਜਿਵੇਂ ਹੁਣ ਮੈਂ ਰਣਸ਼ੇਰ ਦੇ ਅੰਦਰ ਵੀਡੀਓ ਬਣਾ ਰਹੀ ਸੀਗੀ ਮਾਈਕ ਤੁਹਾਡੇ ਵੀ ਲੱਗਿਆ ਸੀ ਜਿਹੜੀਆਂ ਗੱਲਾਂ ਤੁਸੀਂ ਬਾਹਰ ਕਰ ਰਹੇ ਸੀ ਸਾਰੀਆਂ ਵੀਡੀਓ ਚ ਆ ਗਈਆਂ ਅੱਛਾ ਉਹ ਵੀ ਆ ਰਹੀਆਂ ਬਾਹਰ ਦੀ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਹਾਂ ਇਹ ਤਾਂ ਹੈ ਚਲ ਕੱਟ ਦਾਂਗੇ ਆਪਾਂ ਹਾਂਜੀ ਵੀ ਨੋ ਐਵਰੀਥਿੰਗ ਹਾਊ ਟੂ ਕੱਟ ਐਂਡ ਹਾਊ ਟੂ ਐਡ ਹਾਂਜੀ ਪਰ ਇਹ ਨਹੀਂ ਲੈ ਮੈਨੂੰ ਪਤਾ ਵੀ ਦੂਜਾ ਮਾਈਕ ਇਹਨੇ ਆਫ ਕਰ ਹੋਇਆ ਕਰੂਗਾ ਇਹ ਲੱਗਣਾ ਪਊ ਹਲੇ ਫਿਰ ਗੱਲ ਤੇਰੀ ਪੱਕੀ ਹੈ ਨਾ ਮੈਂ ਚੁਗਲੀਆਂ ਕਰ ਰਿਹਾ ਬਾਹਰ ਖੜਾ ਹੈ ਵੀਡੀਓ ਚ ਰਿਕਾਰਡ ਹੋ ਜੀ ਹੈ ਤੁਹਾਡੀ ਹੋਰ ਮੈਂ ਫੋਨ ਤੇ ਲੱਗਿਆ ਮੈਂ ਕਿਸੇ ਨਾਲ ਯਾਰ ਮੇਰਾ ਤਾਂ ਘਰ ਮੇਰੇ ਨਾਲ ਆ ਬਾਅਦ ਵੀਡੀਓ ਚ ਰਿਕਾਰਡ ਹੋ ਜੀ ਹੈ ਚਲ ਜੀ ਫਿਰ ਤਾਂ ਬਹਿ ਗਏ ਪੜ ਤੂੰ ਇਹਦਾ ਰੌਲਾ ਪੈਂਦਾ ਸੀ ਚੀਜ਼ੀਆਂ ਨੂੰ ਚੀਜ਼ੀ ਪਤਾ ਨਹੀਂ ਮੈਂ ਚੀਜ਼ੀ ਲੈਣੀ ਆ ਚੀਜ਼ੀ ਹਲੇ ਨਹੀਂ ਮੈਂ ਇਹਦੀ ਵੀਡੀਓ ਬਣਾਉਂਦੀ ਸੀ ਤੁਸੀਂ ਬਾਹਰ ਖੜੇ ਹੋ ਤੇ ਭਾਈ ਨਾਲ ਗੱਲਾਂ ਕਰਦੇ ਹੋ ਸਾਰੇ ਰਿਕਾਰਡ ਹੋ ਗਏ ਪਿੱਛੇ ਫਿਰ ਕੱਟ ਦਾਂਗੇ ਅਸੀਂ ਪਹੁੰਚ ਤਾਂ ਗਏ ਪਰ ਹੁਣ ਰਣਸ਼ੇਰ ਸੁੱਤਾ ਪਿਆ ਸੋਚ ਰਹੇ ਹਾਂ 15-20 ਮਿੰਟ ਗੱਡੀ 'ਚ ਬੈਠੇ ਰਹੀਏ ਹਾਂਜੀ ਚੱਲ ਇਹਦੀ ਨੀਂਦ ਜੀ ਪੂਰੀ ਹੋ ਜਾਊ ਨਹੀਂ ਇਹਨੇ ਰੋਣਾ ਬਹੁਤ ਆ ਚੱਲਦੇ ਆ ਘਰਾੜੇ ਅੱਜ ਸਾਡਾ ਪਲਾਨ ਤਾਂ ਇਹ ਸੀਗਾ ਕਿ ਅਸੀਂ ਜਾਣਾ ਸੀ ਗ੍ਰੈਂਡ ਵਾਕ H&M ਦੇ ਪਵਨ ਨੇ ਉਦਣ ਦੇ ਨੇ ਕੱਪੜੇ ਪਸੰਦ ਕਰਕੇ ਰੱਖੇ ਪਏ ਸੀਗੇ ਪਰ ਸਡਨਲੀ ਉਹ ਚੌਂਕ ਸਾਡਾ ਪਲਾਨ ਚੇਂਜ ਹੋ ਗਿਆ ਕਿ ਪਹਿਲਾਂ ਆਪਾਂ MBD ਮਾਲ ਚੱਲਦੇ ਹਾਂ ਉਦੋਂ ਬਾਅਦ ਜੇ ਉੱਥੋਂ ਨਾ ਪਸੰਦ ਆਇਆ ਫਿਰ H&M ਜਾਵਾਂਗੇ ਕਿਉਂਕਿ ਉਦਣ H&M ਕੱਪੜੇ ਮਹਿੰਗੇ ਸੀ ਜੇ ਵੀ ਸਸਤੇ ਸਰਜੂ ਤਾਂ ਵਧੀਆ ਕਿਉਂ ਟੈਨਸ਼ਨ ਕਿੱਥੇ ਆਇਆ ਸੀਗਾ ਹੈਂ ਕੱਪੜੇ ਲੈਣੇ ਸੀਗੇ ਇੱਥੋਂ ਕੱਪੜੇ ਲੈ ਲਈਏ ਆਪਾਂ ਕਿਹੜੇ ਸ਼ੋਰੂਮ 'ਚ ਜਾਣਾ ਤਾਂ ਹੈਂ ਕਿੱਥੇ ਜਾਣਾ ਸੀਗਾ ਹਾਂ ਇੱਥੇ ਜਾਣਾ ਸੀ ਅੱਛਾ ਅਰਮਾਨੀ ਤੇ ਜਾਣਾ ਸੀ ਉਹਨੇ ਅਰਮਾਨੀ ਐਕਸਚੇਂਜ ਜਾਣਾ ਸੀ ਕੀ ਆ ਸ਼ੇਰ ਮੇਰੇ ਲਈ ਕੱਪੜੇ ਪਸੰਦ ਕਰ ਰਿਹਾ ਇਹ ਲਵਾਂ ਓਕੇ ਇਹ ਲੈ ਲਵਾਂ ਮੈਂ ਲੈ ਲਵਾਂ ਯਾਰ ਆਰਟੀਕਲ ਲੈ ਆਉਂਦੇ ਵੇਖਦੇ ਇਹਨਾਂ 'ਚੋਂ ਕਿਹੜਾ ਸਹੀ ਆਉਂਦਾ ਕਿਹੜਾ ਨਹੀਂ ਆਉਂਦਾ ਦਰਅਸਲ ਰਣਸ਼ੇਰ ਦਾ ਅੱਜ ਪਹਿਲਾ ਐਕਸਪੀਰੀਅੰਸ ਆ ਮੌਲ ਦਾ ਜਦ ਦਾ ਉਹ ਪ੍ਰੋਪਰਲੀ ਤੁਰਨ ਲੱਗਿਆ ਉਹ ਸਰੰਚਾਂ ਦੇਖ ਕੇ ਬੜਾ ਐਕਸਾਈਟਡ ਸੀ ਹਰੇਕ ਜਗ੍ਹਾ ਬੂ ਨਹੀਂ ਲੈਣੇ ਰੱਖਦੇ 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 ਕਿਆ ਜ਼ਿੰਦਗੀ ਆ ਗਈ ਪਹਿਲਾਂ ਜਵਾਕ ਸਾਂਭਿਆ ਹੁਣ ਝੋਲਾ ਚੱਕੀ ਫਿਰਦਾ ਮਗਰ ਮਗਰ ਚੱਕਣਾ ਹੀ ਸੀ ਇਹ ਤਾਂ ਚਲੋ ਉੱਥੇ ਬਿੱਲ ਕਰਾਈ ਹਰੇਕ ਜਗ੍ਹਾ ਚੀਜ਼ ਹੀ ਨਹੀਂ ਹੁੰਦੀ ਰਣਸ਼ੇਰ ਰਣਸ਼ੇਰ ਨੇ ਅੱਧੇ ਘੰਟੇ 'ਚ ਹੀ ਬੱਸ ਕਰਾ ਦੇ ਸਾਡੀ ਹਾਂ ਕਹਿੰਦਾ ਹੁਣ ਬਥੇਰਾ ਹਾਂ ਕਹਿਤਾ ਆਪ ਵੀ ਗਰਮੀ ਗਰਮੀ ਹੋ ਗਈ ਅਤੇ ਪਿੰਦਰ ਉੱਧਰ ਸਾਬੇ ਲੈਣ ਲੱਗੇ ਅਸੀਂ ਥੋੜ੍ਹੇ ਦਿਨ ਤਾਂ ਆਪਦਾ ਪੂਰਾ ਖਿਆਲ ਰੱਖਦੇ ਹਾਂ ਹੁਣ ਜਿਵੇਂ ਪਿਛਲੇ ਮੈਨੂੰ ਲੱਗਦਾ 5-6 ਵਾਰੀਆਂ ਹੋ ਗਈਆਂ ਸਾਬੇ ਹੀ ਖਾਂਦੇ ਹਾਂ ਬਾਹਰੋਂ ਜਿੱਦਣੇ ਬਾਹਰੋਂ ਸਵਾਹ ਕੇ ਖਾਣ ਲੱਗੇ ਫਿਰ ਸਵਾਹ ਕੇ ਹੀ ਖਾਣਾ ਬੋੜੀਆਂ ਦੀ ਜ਼ਿੰਦਗੀ ਪੂਰੀ ਵਧੀਆ ਹੁੰਦੀ ਹੈ ਟੌਰ ਨਾਲ ਬਹਿੰਦੇ ਨੇ ਕੁਰਸੀਆਂ 'ਤੇ ਬੰਦਾ ਲੈ ਕੇ ਫਰੀ ਜਾਵੇ ਇੱਥੇ ਬੰਦੇ ਦੇ ਹੀ ਕੰਮ ਹੁੰਦੇ ਆ ਲੈ ਫੜ ਚੀਜ਼ੀ ਲੈ ਫੜ ਗਰਮ ਵਾਲੇ ਮਚਾਲਾ ਮੂੰਹ ਆਪਣੀ ਗੱਡੀ ਪੁੱਤ ਆਪਣੀ ਗੱਡੀ ਕਿਹੜੀ ਆਹ ਆਪਣੀ ਗੱਡੀ ਇੱਧਰ ਆ ਜਾ ਚੱਲ ਹਾਂ ਆਪ ਆਪਣੀ ਗੱਡੀ ਹਾਂ ਵੈਰੀ ਗੁੱਡ ਯੈਸ ਚਲੋ ਉਹ ਆਪਾਂ ਲੈਣੀ ਹੈ ਹਲੇ ਉਹ ਚੱਲ ਬਾਬੇ ਜਦੋਂ ਆਪਾਂ ਸਾਬੇ ਤੋਂ ਕੁਛ ਵੀ ਖਾਂਦੇ ਹਾਂ ਮੈਨੂੰ ਲੱਗਦਾ ਸ਼ਾਇਦ 90% ਸਾਰੇ ਆਈ ਕਰਦੇ ਆ ਕੁਛ ਕੀ ਜਿਹੜੇ ਨਹੀਂ ਕਰਦੇ ਹੋਣਗੇ ਉਵੇਂ ਜਿਹੜੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਹਾਂ ਪਹਿਲਾਂ ਗੱਲ ਤਾਂ ਦੱਸਦਾ ਵੈਸੇ ਜਦੋਂ ਆਪਾਂ ਸਾਬੇ ਤੋਂ ਕੁਛ ਵੀ ਔਡਰ ਕਰਦੇ ਹਾਂ ਚਾਹੇ ਆਲੂ ਪੈਟੀ ਸਭ ਔਡਰ ਕਰਦੇ ਹਾਂ ਚਾਹੇ ਪੈਪਰ ਚਿਕਨ ਔਡਰ ਕਰਦੇ ਹਾਂ ਕੁਛ ਵੀ ਔਡਰ ਕਰਦੇ ਹਾਂ
ਉਹ ਆਪਾਂ ਨੂੰ ਪੁੱਛਦੇ ਹੁੰਦੇ ਆ ਵੀ ਅਸੀਂ ਵਿੱਚ ਕੀ ਪਾਈਏ, ਸਾਰੇ ਵੈਜੀਟੇਬਲ ਪਾ ਦਈਏ, ਆਪਾਂ ਕਹਿ ਦਿੰਦੇ ਸਾਰੀਆਂ ਪਾ ਦਿਓ, ਜਾਂ ਆਪਾਂ ਆਪਦੀ ਮਰਜ਼ੀ ਨਾਲ ਕਹਿ ਦਿੰਦੇ ਹਾਂ ਵੀ ਆਹ ਪਾ ਦਿਓ ਆਹ ਨਾ ਪਾਇਓ, ਅਤੇ ਤੁਸੀਂ ਵਿੱਚ ਚੀਜ਼ ਪਾਉਣਾ ਕਿ ਨਹੀਂ ਪਾਉਣਾ, ਮਤਲਬ ਹਰ ਚੀਜ਼ ਪੁੱਛਦੇ ਆ, ਸੌਸਾਂ ਕਿਹੜੀਆਂ ਪਾਉਣੀਆਂ ਨੇ, ਸਾਰਾ ਕੁਛ ਆਪਾਂ ਆਪਦੀ ਮਰਜ਼ੀ ਨਾਲ ਕਰਾਉਂਦੇ ਹਾਂ ਨਾ, ਤਾਂ ਮੇਰੇ ਹਿਸਾਬ ਨਾਲ ਉਹ ਸਭ ਦਾ ਫਿਰ ਕੋਈ ਨੌਂ ਦਾ ਮਤਲਬ ਤਾਂ ਬਣਦਾ ਨਹੀਂ ਅਸਲ 'ਚ, ਜਿਹੜਾ ਸਭ ਦਾ ਨਾ ਜਿਹੜੀ ਪਿੱਛੋਂ ਗਾਈਡਲਾਈਨਸ ਆਉਂਦੀਆਂ ਨੇ, ਜੇ ਆਪਾਂ ਪੈਪਰ ਚਿਕਨ ਔਡਰ ਕਰਦੇ ਹਾਂ, ਤੁਸੀਂ ਪੈਪਰ ਚਿਕਨ ਖਾਣਾ ਵਾ, ਤਾਂ ਉਹਦੀ ਇੱਕ ਰੈਸਪੀ ਆ ਵੀ ਉਹਦੇ ਵਿੱਚ ਇਕੱਲੀ ਸ਼ਿਮਲਾ ਮਿਰਚੀ ਪੈਂਦੀ ਆ, ਚੀਜ਼ ਪੈਂਦਾ ਵਾ ਅਤੇ ਚਿਕਨ ਪੈਂਦਾ ਵਾ, ਅਤੇ ਉਹਦੇ ਵਿੱਚ ਇੱਕ ਆਪਣੀ ਕੋਈ ਮਾਇਓ ਸੌਸ ਪੈ ਜਾਂਦੀ ਆ ਕੋਈ ਵੀ, ਅਤੇ ਆਪਣਾ ਹੁੰਦਾ ਚੱਕ ਦੋ ਸਾਰੀਏ ਦੇ ਆਪਾਂ ਨਾ ਸਾਰੇ ਸਾਬੇ ਨੂੰ ਐ ਖਾਂਦੇ ਆ ਕਿ ਇੱਕ ਹੈਲਦੀ ਚੀਜ਼ ਆ, ਤਾਂ ਆਪਾਂ ਆਪਦੀ ਇਹਦਾ ਬ੍ਰਾਂਡ ਓਮੀ ਬਣ ਗਿਆ ਵੀ ਇਹ ਹੈਲਦੀ ਆ, ਸਾਰੇ ਤਾਂ ਖਾਂਦੇ ਆ, ਅਸਲ ਚ ਜਿਹੜਾ ਚੀਜ਼ ਹੈਗੀ ਆ ਮੇਰੇ ਹਿਸਾਬ ਨਾਲ ਓਵੇਂ ਤਾਂ ਕੋਈ ਨੀ ਖਾਂਦਾ, ਪੈਪਰ ਚਿਕਨ ਕੇ ਡਿਸ਼ ਆ ਜਿਹੜਾ ਸਭ ਆ, ਆਪਾਂ ਕਦੇ ਜਿਹੜਾ ਅਸਲੀ ਟੇਸਟ ਆਪਾਂ ਲੈਣ ਨੂੰ ਕਦੇ ਉਵੇਂ ਤਾਂ ਖਾਧਾ ਹੀ ਨਹੀਂ, ਨੈਕਸਟ ਟਾਈਮ ਤਾਂ ਮੈਂ ਕਿਆ ਕਰਨਾ ਜਿਹੜਾ ਤੁਹਾਨੂੰ ਪਿੱਛਿਓਂ ਤੁਹਾਡੇ ਆਉਂਦਾ ਵਾ ਉਹ ਬਣਾ ਕੇ ਦਿਓ, ਹਾਂ ਵੀ ਕੀ ਆ ਉਹਨਾਂ ਉਹਨਾਂ ਪਾ ਕੇ ਦਿਓ ਬਸ, ਫਿਰ ਸਾਨੂੰ ਪਤਾ ਲੱਗੇ ਜੇ ਆਪਾਂ ਨੂੰ ਆਪ ਨੂੰ ਆਉਂਦਾ ਹੋਵੇ ਆਪਾਂ ਘਰੇ ਨਾ ਬਣਾ ਲਿਆ ਕਰੀਏ, ਸਹੀ ਬਾਤ ਹੈ ਜੀ, ਸਹੀ ਕਿਉਂ ਪਹਿਲਾਂ ਤਾਂ ਸੌਸਾ ਹੀ ਨਹੀਂ ਪਤਾ ਲੱਗਦੀ, ਹੋਰ ਆਹ ਵੀ ਪਾ ਦੇ ਜੀ, ਆਹ ਵੀ ਪਾ ਦੇ, ਉਹ ਵਿੱਚੀ ਇੱਕ ਦਿਨ ਦੀ ਵੱਡੋ ਮਿੱਟੀ ਆ ਜਾਂਦੀ ਆ, ਦੂਜੀ ਵੱਡੋ ਤਾਂ ਮਿਰਚ ਆ ਜਾਂਦੀ, ਤੀਜੀ ਆਜਾ ਬਾਰਬੀਕਿਊ ਆ ਜਾਂਦੀ ਆ, ਬੰਦਾ ਵੀ ਹੋਰ ਜਾ ਰਹਿੰਦਾ, ਸਹੀ ਗੱਲ ਆ, ਚੱਲ ਫਿਰ ਫਿਰ ਬੜਾ ਉੱਚੀ ਬੋਲ ਲਿਆ ਸਰ, ਹਾਂਜੀ ਉਹ ਜਜ਼ਬਾਤਾਂ ਤੇ ਕਾਬੂ ਨਹੀਂ ਰਹਿੰਦਾ ਹੈਗਾ, ਉਹ ਤਾਰੀ ਤੂੰ ਤਾਰੀ ਤੂੰ ਉਜੜਿਆ ਕਿਸ ਦਿਨ, ਪਿਛਲੇ 2-2.5 ਸਾਲਾਂ ਤੋਂ ਅਸੀਂ ਕੋਈ ਵੀ ਹਾਲੇ ਤੱਕ ਪ੍ਰੋਪਰਲੀ ਟੂਰ ਜਾਂ ਟ੍ਰਿਪ ਨਹੀਂ ਕੀਤਾ ਬਈ, ਅਸੀਂ 2 ਵਾਰੀ ਸ਼ਿਮਲੇ ਜ਼ਰੂਰ ਗਏ ਹਾਂ, ਉਹ ਅਸੀਂ ਸਫ਼ਰ ਹੀ ਕੀਤਾ ਵਾ ਜਾਂ ਸਿੱਖਿਆ ਹੀ ਆ, ਜਾਂ ਹਮੇਸ਼ਾ ਇਹ ਕਿਹਾ ਵੀ ਇੱਕ ਸਾਡਾ ਐਕਸਪੈਰੀਮੈਂਟਲ ਟ੍ਰਿਪ ਆ, ਕਿਉਂਕਿ ਅਸੀਂ ਉਹ 2-3 ਵਾਰੀ ਸ਼ਿਮਲਾ ਗਏ ਹਾਂ, ਸ਼ਿਮਲੇ ਤਾਂ 1 ਵਾਰੀ ਗਏ ਹਾਂ, ਬਾਕੀ 2 ਵਾਰੀ ਤਾਂ ਰਾਹ 'ਚ ਹੀ ਮੁੜੇ ਹਾਂ, ਆ ਤੇਰੇ ਤਾਏ ਦਾ ਕੈਮਰਾ ਸੀ, ਉਹਨੂੰ ਵਿਆਹ 'ਚ ਮਿਲਿਆ ਸੀ, ਲੜਕੂ ਤਾਇਆ ਬਾਅਦ ਆਪਾਂ ਫੇਰ ਆਪਦਾ ਦੁਬਾਰਾ ਐਵੇਂ ਟੂਰ ਐਂਡ ਟਰੈਵਲਿੰਗ ਜਿੰਨੀ ਕੁ ਕਰਦੇ ਸੀ ਅਸੀਂ, ਉਵੇਂ ਹੈ ਨੀ ਗਾ ਵੀ ਹਰ ਵਕਤ ਹੀ ਘੁੰਮਣ ਤੇ ਰਹਿੰਦੇ ਆਪਾਂ, ਜਦੋਂ ਆਪਾਂ ਨੂੰ ਟਾਈਮ ਹੁੰਦਾ ਮਹੀਨੇ 'ਚ 1 ਵਾਰੀ ਮਹੀਨੇ 'ਚ 2 ਵਾਰੀ ਆਪਾਂ ਅੱਗੇ ਜਾਂਦੇ ਸੀਗੇ, ਉਵੇਂ ਦੁਬਾਰਾ ਸ਼ੁਰੂ ਕਰਨਾ, ਪਰ ਇਸ ਵਾਰ ਥੋੜ੍ਹੀ ਕਹਾਣੀ ਡਿਫਰੈਂਟ ਹੋਊਗੀ, ਇਸ ਵਾਰੀ ਮੇਨ ਫੋਕਸ ਹੋਊਗਾ ਰਣਸ਼ੇਰ ਸਿੰਘ ਤੇ ਉਹ ਪੱਟ ਦੇ ਸਾਰਾ ਕੁਝ, ਤੇ ਬਸ ਹੁਣ 1-2 ਦਿਨਾਂ ਦੇ ਵਿੱਚ ਸਾਰਾ ਕੁਝ ਸ਼ੁਰੂ ਹੋਜੂ, ਸਾਨੂੰ ਥੋੜ੍ਹਾ ਜਿਹਾ ਔਖਾ ਵੀ ਹੋਣਾ ਵੈਸੇ ਇਨ ਫਿਊਚਰ, ਕਿਉਂਕਿ ਮੰਮੀ ਡੈਡੀ ਨੇ ਚੱਕ ਲੈ ਜਾਣਾ, ਅਸੀਂ ਘਰ ਦਾ ਵੀ ਧਿਆਨ ਰੱਖਣਾ ਹੋਊਗਾ ਤੇ ਨਾਲ ਦੀ ਨਾਲ ਯੂਟਿਊਬ ਦਾ, ਹਾਂਜੀ ਚਲੋ ਬਾਕੀ ਬਚ ਗਿਆ ਮੈਨੂੰ ਲੱਗਦਾ, ਲਿਓ ਮੈਂ ਹੁਣ ਆਪਦੀ ਤੁਹਾਨੂੰ ਸ਼ੋਪਿੰਗ ਦਿਖਾ ਦਵਾਂ, ਵਾਲੀ ਸ਼ੋਪਿੰਗ ਨਹੀਂ ਕੀਤੀ ਥੋੜੀ ਜਿਹੀ ਕੀਤੀ ਆ ਬਸ, ਮੈਂ ਜਾਣਦਾ 2-4 ਟੌਪ ਹੀ ਲਏ ਸਾਡੇ ਦਿਲ ਤੋਂ ਪੁੱਛ ਸੁਣੇ ਆ, ਅਸੀਂ ਕਿੰਨੇ ਪੈਸੇ ਖਰਚੇ ਇੱਕ ਟੌਪ ਆ ਤਾਂ ਸੇਮ ਜਹਜ ਪਾਇਆ, ਸੇਮ ਹੀ ਹੁੰਦੇ ਆ ਕੱਪੜੇ ਤਾਂ, ਇੱਕ ਬਲੈਕ ਜੈਗਿੰਗ, ਬਲੈਕ ਜੀਨ, ਇੱਕ ਮਿਕੀ ਮਾਊਸ ਵਾਲੀ ਟੀ ਸ਼ਰਟ, ਸੋਹਣੀ ਨਹੀਂ, ਇੱਕ ਲਿਆ ਲੌਂਗ ਕੁੜਤਾ ਇਹ ਵਾਲਾ,
ਤੇ ਇੱਕ ਲਈ ਆਪਾਂ ਬਲੈਕ ਐਂਡ ਵਾਈਟ ਲਾਈਨ ਵਾਲੀ ਸ਼ਰਟ। ਬਸ ਬਸ ਇੰਨੇ ਕੀ ਆ ਵਾਲੇ ਪੈਕਿੰਗ ਦਿੱਤੇ ਤੁਸੀਂ ਰਹਿੰਦੀ ਗੱਲ। ਇੱਥੋਂ ਵੱਡਾ ਕੈਮਰਾ ਕਿੱਥੇ ਗਿਆ? ਤੁਸੀਂ ਉਹ ਕੱਲ ਰੱਖਿਆ ਵਾ ਨਾ ਸ਼ਾਇਦ ਥੱਲੇ ਪਿਆ ਵਾ। ਤੇ ਇੱਧਰ ਆਪਣਾ ਇੱਥੇ GoPro ਵੀ ਪਿਆ ਸੀ। ਇੱਥੋਂ ਤੁਸੀਂ ਸਵੇਰੇ ਚੱਕਿਆ ਸੀ GoPro? GoPro ਕਿੱਥੇ ਗਿਆ? ਕਿਤੇ ਉਹ ਪਿਆ ਵਾ। ਅੱਛਾ ਅੱਜ ਕੱਲ ਨਾ ਅਸੀਂ ਚੀਜ਼ਾਂ ਰੱਖ ਨਹੀਂ ਸਕਦੇ। ਸਰਦਾਰ ਜੀ ਜਾ ਕੇ ਜਦੀ ਖਿੱਚ ਕੇ ਥੱਲੇ ਨੂੰ ਸੱਟ ਦਿੰਦੇ ਆ। ਸਾਰੇ ਆਪਦੇ ਕੈਮਰੇ ਕੁਮਰੇ ਚਾਰਜ ਕਰ ਲੇ। ਹਾਂਜੀ ਬਸ ਹੁਣ ਜਿੱਦਣੇ ਹੀ ਟਾਈਮ ਲੱਗਿਆ, ਕੱਲ ਨੂੰ ਤਾਂ ਨਹੀਂ ਹੋ ਸਕਦਾ ਪੋਸੀਬਲ, ਪਰਸੋਂ ਨੂੰ ਆਪਣਾ ਟਰੈਵਲ ਸ਼ੁਰੂ ਹੋਣ ਲੱਗਿਆ। ਹਾਂਜੀ ਅੱਗੇ ਤੁਹਾਨੂੰ ਕਹਿ ਦਿੰਦੇ ਸੀ ਵੀ ਸਾਰਾ ਇੰਡੀਆ ਘੁੰਮਣਾ ਵਾ। ਸੋ ਇੰਡੀਆ ਦੁਬਾਰਾ ਘੁੰਮਣਾ ਸ਼ੁਰੂ ਆ ਇੱਕ ਨਵੇਂ ਸਿਰਿਓਂ, ਇੱਕ ਨਵੇਂ ਇਨਸਾਨ ਦੇ ਨਾਲ। ਚਲੋ ਬਈ ਠੀਕ ਹੈ ਜੀ, ਓਕੇ ਬਾਏ ਬਾਏ ਟਾਟਾ। ਤੇ ਰਹੇ ਗੱਲ ਹੋਰ ਸੱਚ, ਹੁਣ ਨਾ ਮੈਨੂੰ ਪਿਛਲੇ ਇੰਨੇ ਟਾਈਮ ਤੋਂ ਕਈ ਜਣੇ ਇੱਦਾਂ ਦੇ ਮਿਲੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਬਾਈ ਟਰੈਵਲ ਕਰੋ, ਵੀ ਅਸੀਂ ਤੁਹਾਡਾ ਟਰੈਵਲ ਮਿਸ ਕਰਦੇ ਹਾਂ। ਕਈ ਜਣੇ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਨਹੀਂ ਸਾਨੂੰ ਤੁਹਾਡੇ ਫੈਮਿਲੀ ਬਲੌਗ ਹੀ ਪਸੰਦ ਆ। ਬਈ ਹੁਣ ਜਾਂ ਹਾਲੇ ਮਹੀਨੇ ਖੰਡ ਤੱਕ ਵੈਸੇ ਵੀ ਮੈਂ ਪਵਿੰਦਰ ਸ਼ੇਰ ਨਹੀਂ ਘਰੇ ਬਹਿ ਜਾਣਾ, ਬਾਕੀ ਸਾਰੇ ਤਾਂ ਆਲਰੇਡੀ ਬਾਹਰ ਹੀ ਆ, ਮੰਮੀ ਡੈਡੀ ਇੱਥੇ ਸੀ, ਹੁਣ ਵੀ ਚਲੇ ਜਾਣਾ। ਹਾਂਜੀ ਉਦੋਂ ਬਾਅਦ ਤਾਂ ਆਪਾਂ ਫਿਰ ਘੁੰਮ ਕਮੇਤ ਰਹਿਣਾ ਹੀ ਆ। ਸਹੀ ਬਾਤ ਹੈ ਜੀ, ਫਿਰ ਤਾਂ ਆਪਾਂ ਕੰਮ ਕਰਨਾ ਵਾ, ਕਿਉਂਕਿ ਮੈਂ ਨਾ ਮੇਰੀ ਜ਼ਿੰਦਗੀ ਬੰਦੇ ਦਾ ਬਹੁਤ ਥੋੜੇ ਆ, ਪਰ ਉਹ ਥੋੜੇ ਬੰਦਿਆਂ ਨੇ ਨਾ ਮੇਰੀ ਲਿਆਂਦੀ ਪਈ ਆ। ਕਦੇ ਇੱਕ ਰੁੱਸ ਜਾਂਦਾ ਉਹ ਮੰਨਦਾ, ਕਹਿੰਦਾ ਦੁਬਾਰਾ ਰੁੱਸ ਜਾਂਦਾ, ਗੱਲ ਉੱਥੇ ਕੀ ਚੱਲਦੀ ਰਹਿੰਦੀ ਆ। ਕਦੇ ਕਹਿੰਦਾ ਜੀ ਕਰਦਾ ਹੁੰਦਾ, ਮੈਂ ਇੱਕ ਨਾ ਰੀਲ ਦੇਖੀ ਸੀ ਬੇਰਾ ਕਿਸੇ ਅਣਜਾਣ ਜੇ ਦੇਸ਼ 'ਚ ਜਾ ਕੇ ਅਣਜਾਣ ਦੇ ਸ਼ਹਿਰ ਦੇ ਵਿੱਚ ਅਣਜਾਣ ਜੇ ਨੌਂ ਨਾ ਰਹਿਣ ਲੱਗ ਗਿਆ। ਵਾਹ ਪੁੱਛਾਂ ਹੀ ਨਾ ਕਿਸੇ ਨੂੰ। ਵਾਹ ਚੰਗਾ ਜੀ, ਬਾਏ ਬਾਏ ਟਾਟਾ ਟੇਕ ਕੇਅਰ। ਇਹ ਮਜ਼ਾਕ ਸੀ, ਕਿਸੇ ਹੋਰ ਦੇਸ਼ ਨੇ ਪੁੱਛਣਾ ਆਪਾਂ ਨੂੰ, ਇਹ ਤਾਂ ਘਰੇ ਚੱਲਦੀ ਆ ਆਪਣੀ ਇੰਡੀਆ ਜੋਗੇ ਹੀ ਆ। ਹਾਂ ਚੱਲ 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 ਚੱਲ, ਇਹਨੇ ਉੱਥੇ ਨੇਰੀ ਲਿਆਤੀ ਜਿੱਥੇ ਬੂਟ ਪਏ ਹੋਣ, ਬੂ ਬੂ ਪਾ।